वेखो वेखी चर्च की तर्ज के उत्ते गुरु घर एक एक दो दो कुर्सियां आईया फिर वधदियां गईयां। कई गुरु घर ऐसे ने जिथे दस दस भी पंजाह पंजाह कुर्सियां पईयां ने। सो आपां सतगुरु सच्चे पातशाह दा बहाल सतकार जिहड़ा सतकार बहाल करन दे लई इह कुर्सियां मेरियां बाहर नहीं कढ़णियां। देखो जिहड़ा तख्त गुरु की हजूरी च लग गया वह ना किसी के वरतन योग रहा है ਉਹ ਨਾ ਰੱਖਣ ਯੋਗ ਰਿਹਾ ਹੈ। ਗ੍ਰਿਹਾ ਦਿੱਤਾ ਗਿਆ ਵੀ ਗੁਰਦੁਆਰਿਆਂ 'ਚ ਇਹ ਕੰਮ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਕੁਰਸੀ ਨਹੀਂ ਲਾਉਣੀ। ਬਿਹਾਰੀਪੁਰ ਦੇ ਗੁਰਦੁਆਰਾ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਬਹਿਣ ਵਾਲੀਆਂ ਗੱਦੀਆਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਚੁਕਾ ਦਿੱਤੀਆਂ ਕਿਉਂਕਿ ਇਹ ਮਰਿਆਦਾ ਦੇ ਉਲਟ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਵਿਅਕਤੀ ਉੱਚਾ ਹੋ ਕੇ ਨਹੀਂ ਬਹਿ ਸਕਦਾ। ਹਾਜ਼ਰ ਸਿੱਖ ਨੌਜਵਾਨਾਂ ਨੇ ਇਹਨਾਂ ਨੂੰ ਭਰਨ 'ਚ ਦੇਰ ਨਹੀਂ ਲਾਈ ਅਤੇ ਮਰਿਆਦਾ ਨੂੰ ਬਹਾਲ ਕਰਨ ਲਈ ਇਹ ਕਦਮ ਚੁੱਕਿਆ। ਉਪਰੰਤ ਇਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਨੂੰ ਸੁਨੇਹਾ ਦਿੱਤਾ ਗਿਆ ਵੀ ਗੁਰਦੁਆਰਿਆਂ 'ਚ ਇਹ ਕੰਮ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੋਈ ਕੁਰਸੀ ਨਹੀਂ ਲਾਉਣੀ। ਕੋਈ ਆਉਂਦਾ ਵਾ ਚੱਲ ਕੇ, ਜੇ ਉਹਦੇ ਗੋਡੇ ਦੁਖਦੇ ਜਾਂ ਜੇ ਉਹ ਚੱਲ ਕੇ ਆ ਸਕਦਾ ਤਾਂ ਉੱਥੇ ਖਲੋ ਵੀ ਸਕਦਾ, ਖਲੋ ਜਵੇ ਉੱਥੇ, ਪਰ ਗੁਰੂ ਸਾਹਿਬ ਦੇ ਬਰਾਬਰ ਥੋੜ੍ਹੀ ਹੋ ਸਕਦਾ। ਜੇ ਗੁਰੂ ਸਾਹਿਬ ਤਖ਼ਤ 'ਤੇ ਬੈਠੇ ਤਾਂ ਆਪਾਂ ਭੁੰਜੇ ਬਹਿਣਾ ਵਾ, ਜੇ ਗੁਰੂ ਸਾਹਿਬ ਭੁੰਜੇ ਬੈਠੇ ਸਹੀ ਮਿੰਟ 'ਤੇ ਸਾਨੂੰ ਟੋਆ ਕੱਢ ਕੇ ਬਹਿ ਜਾਣਾ ਚਾਹੀਦਾ। ਭਾਈ ਸਾਹਿਬ ਕਹਿੰਦੇ ਆ ਸਾਨੂੰ ਟੋਆ ਕੱਢ ਕੇ ਥੱਲੇ ਬਹਿ ਜਾਣਾ ਚਾਹੀਦਾ ਵਾ, ਪਰ ਅਸੀਂ ਉਹਦੇ ਬਰਾਬਰ ਬਹਿੰਦੇ ਹਾਂ। ਕੁਝ ਲੋਕ ਕਹਿ ਰਹੇ ਆ ਕਿ ਕਿਸੇ ਨੂੰ ਦੇ ਦਿਓ, ਕਿਸੇ ਨੂੰ ਦੇ ਦਿਓ, ਉਹ ਵੀ ਗੱਲ ਇਹਨਾਂ ਦੀ ਕਹਿੰਦੇ ਆ, ਪਰ ਗੱਲ ਇਹ ਆ ਜੀ ਇਹ ਲੱਕੜ ਇੰਨੀ ਭ੍ਰਿਸ਼ਟ ਹੋ ਚੁੱਕੀ ਆ, ਇਹ ਲੱਕੜ ਇੰਨੀ ਭ੍ਰਿਸ਼ਟ ਹੋ ਚੁੱਕੀ ਆ, ਗੁਰੂ ਦੇ ਬਰਾਬਰ ਬੈਠੀ ਹੈ ਲੱਕੜ ਬੈਠੀ ਆ, ਇੰਨੀ ਭ੍ਰਿਸ਼ਟ ਹੋ ਚੁੱਕੀ ਵੀ ਇਹਨੂੰ ਅਗਨ ਭੇਂਟ ਹੀ ਕਰਨਾ ਹੋ ਜ਼ਰੂਰੀ ਆ। ਅਸੀਂ ਬਹੁਤ ਜ਼ਿਆਦਾ ਤੰਗ ਸੀਗੇ, ਕਹਿ ਨਹੀਂ ਸਕਦੇ, ਜੇ ਕਹਿੰਦੇ ਸੀ ਤਾਂ ਕਹਿੰਦੇ ਸੀ, ਕੀ ਕਰੀਏ। ਜਿਹੜੀਆਂ ਭਾਈ ਸਾਹਿਬ ਅੱਜ ਇੱਥੋਂ ਗੱਦੀਆਂ ਜੀਆਂ ਜਿਹੜੀਆਂ ਮਹਾਰਾਜ ਦੇ ਦਰ 'ਚ ਰੱਖੀਆਂ ਹੋਈਆਂ ਸੀ, ਭਾਈ ਸਾਹਿਬ ਦੇ ਦਲ ਨੇ ਉਹ ਚੁੱਕ ਕੇ ਬਾਹਰ ਮਾਰੀਆਂ ਪਾ ਦਿੱਤੀਆਂ ਪਿੰਡ ਬੈਰੀਪੁਰ 'ਚ, ਤੁਹਾਡਾ ਕੀ ਕਹਿਣਾ? ਮੇਰਾ ਕਹਿਣਾ ਇਹ ਆ ਜੀ, ਜੋ ਇਹ ਕੀਤਾ ਬਾਬਾ ਜੀ ਦੀ ਕਮੇਟੀ ਨੇ ਜਾਂ ਸੰਗਤ ਨੇ ਬਹੁਤ ਹੀ ਵਧੀਆ ਕੀਤਾ ਵਾ। ਤੁਸੀਂ ਪਹਿਲਾਂ ਤੋਂ ਡੱਕਦੇ ਆ ਰਹੇ ਸੀ ਇਸ ਗੱਲ ਨੂੰ? ਇਸ ਗੱਲ ਨੂੰ ਕਹਿੰਦੇ ਸੀ ਪਰ ਕੋਈ ਸੁਣਦਾ ਨਹੀਂ, ਕਿਉਂਕਿ ਕਮੇਟੀ ਵੀ ਸਾਰੀ ਉਸ ਤਰੀਕੇ ਦੀ ਸੀ ਅਤੇ ਹੁਣ ਜੋ ਕੁਛ ਕਰਦਾ ਭਾਈ ਸਾਹਿਬ ਨੇ ਬਹੁਤ ਹੀ ਵਧੀਆ ਕੀਤਾ। ਇਹ ਸਾਡੇ ਮਨ ਦੀ ਜਿਹੜੀ ਸੋਚ ਸੀਗੀ, ਇਸ ਗੱਲ ਨੂੰ ਸਿੱਖ ਜ਼ਿਆਦਾ ਉਲਟ ਚੱਲ ਰਿਹਾ ਸੀ ਕੰਮ, ਇਹ ਮੰਨਦੇ ਹੋ? ਬਿਲਕੁਲ ਉਲਟ ਚੱਲਦਾ ਹੈ ਜੀ। ਠੀਕ ਹੈ, ਹਾਂਜੀ, ਕੰਮ ਤਾਂ ਹੋਰ ਵੀ ਬਹੁਤ ਉਲਟ ਚੱਲ ਰਹੇ ਆ। ਭਾਈ ਸਾਹਿਬ ਇਹ ਆ ਕੇ ਇੱਥੇ ਜਿਹੜਾ ਕੁਰਸੀਆਂ ਬਾਹਰ ਭੰਨੀਆਂ ਗਈਆਂ, ਜਿਹੜੀਆਂ ਗੱਦੀਆਂ ਕੱਢ ਦਿੱਤੀਆਂ ਗਈਆਂ, ਟੇਬਲਸ ਡੱਠੇ ਹੋਏ ਸੀ, ਇਹ ਭੰਨਣ ਦਾ ਜਿਹੜਾ ਸਿੰਬੋਲਿਕ ਐਕਟ ਹੈ ਉਹਨੂੰ ਡਿਫਾਈਨ ਕਰੋ ਕੀ ਹੈ? ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਜੇ ਮਹਾਰਾਜ ਜ਼ਮੀਨ 'ਤੇ ਬੈਠੇ ਹੋਣ ਸਿੱਖਾਂ ਨੂੰ ਸਤਿਕਾਰ ਵਜੋਂ ਟੋਆ ਪੁੱਟ ਕੇ ਅਤੇ ਨੀਵੇਂ ਹੋ ਕੇ ਬਹਿ ਜਾਣਾ ਚਾਹੀਦਾ, ਅਤੇ ਜੇ ਮਹਾਰਾਜ ਤਖ਼ਤ 'ਤੇ ਨੇ ਉਹਦੀ ਹਜ਼ੂਰੀ ਦੇ ਵਿੱਚ ਕੋਈ ਦੂਜਾ ਤਖ਼ਤ ਲੱਗ ਜਾਵੇ ਇਹ ਬੜੇ ਵੱਡੇ ਗੁਨਾਹ ਦੀ ਗੱਲ ਹੈ, ਗੁਨਾਹ ਨੂੰ ਸ਼ਬਦੀ ਰੂਪ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਵੇਖੋ ਵੇਖੀ ਚਰਚ ਦੀ ਤਰਜ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਇੱਕ ਇੱਕ ਦੋ ਦੋ ਕੁਰਸੀਆਂ ਆਈਆਂ ਫਿਰ ਵਧਦੀਆਂ ਗਈਆਂ। ਕਈ ਗੁਰੂ ਘਰ ਐਸੇ ਨੇ ਜਿੱਥੇ ਦਸ ਦਸ ਵੀਹ ਪੰਜਾਹ ਪੰਜਾਹ ਕੁਰਸੀਆਂ ਪਈਆਂ ਨੇ। ਸੋ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਹਾਲ ਸਤਿਕਾਰ ਜਿਹੜਾ ਸਤਿਕਾਰ ਬਹਾਲ ਕਰਨ ਦੇ ਲਈ ਇਹ ਕੁਰਸੀਆਂ ਮੇਰੀਆਂ ਬਾਹਰ ਨਹੀਂ ਕੱਢਣੀਆਂ। ਦੇਖੋ ਜਿਹੜਾ ਤਖ਼ਤ ਗੁਰੂ ਦੀ ਹਜ਼ੂਰੀ 'ਚ ਲੱਗ ਗਿਆ ਉਹ ਨਾ ਕਿਸੇ ਦੇ ਵਰਤਣ ਯੋਗ ਰਿਹਾ, ਉਹ ਨਾ ਰੱਖਣ ਯੋਗ ਰਿਹਾ। ਉਹ ਜੇ ਲੋਹਾ ਵਾ ਤਾਂ ਉਹਨੂੰ ਪਗਲਾ ਦਿਓ, ਪਗਲਾ ਕੇ ਅਤੇ ਕਿਤੇ ਸੁੱਟ ਦਿਓ। ਇੱਥੇ ਨਾ ਪੁਲਿਸ ਵਾਲੇ ਪੁੱਛ ਰਹੇ ਸੀ, ਅਫੀਸ਼ੀਅਲ ਆਏ ਹੋਏ ਆ, ਬੇਸ਼ੱਕ ਇਹ ਸਿੱਖਾਂ ਦਾ ਮਸਲਾ ਵਾ, ਪੁਲਿਸ ਦਾ ਇਸ ਚੀਜ਼ ਨੂੰ ਪੁੱਛਣ ਦਾ ਕੋਈ ਹੱਕ ਨਹੀਂ ਗਾ, ਸਿੱਖਾਂ ਦਾ ਆਪਣਾ ਮਸਲਾ। ਉਹ ਇਹੀ ਕਹਿ ਰਹੇ ਸੀ ਕਿ ਇਹ ਕਿਸੇ ਗਰੀਬ ਨੂੰ ਦੇ ਤੁਹਾਡਾ ਕੀ ਮੰਨਣਾ? ਨਹੀਂ ਦੇਖੋ, ਗਰੀਬ ਦੇ ਘਰ 'ਚ ਜਾੜਾ ਕਿਉਂ ਕਰਾਉਣਾ? ਮਹਾਰਾਜ ਦੇ ਹਜ਼ੂਰੀ ਦੇ ਵਿੱਚ ਤਖ਼ਤ ਰੂਪ ਦੇ ਲੱਗੀਆਂ ਕੁਰਸੀਆਂ ਕਿਸੇ ਗਰੀਬ ਦੇ ਘਰ ਜਾਣਗੇ, ਅੱਗੇ ਗਰੀਬੀ ਆ ਹੋਰ ਉਜਾੜਾ ਹੋਜੂ। ਇਹ ਤਾਂ ਪੁਲਿਸ ਵਾਲਿਆਂ ਨੂੰ ਕਹਾ ਵੀ ਕੋਈ ਆਪਣੇ ਘਰ ਨਾ ਲੈ ਜਾਵੇ, ਇਹ ਮੈਂ ਸੋਚੋ ਥਾਣੇ ਲਾ ਦੋਗੇ ਤਾਂ ਉੱਥੇ ਵੀ ਨੁਕਸਾਨ ਹੋਊਗਾ, ਅੱਗੇ ਹੋਣ ਰਿਹਾ ਪ੍ਰਸ਼ਾਸਨ ਦਾ ਹੈ ਅਤੇ ਹੋਰ ਹੋਊਗਾ। ਸੋ ਇਹ ਕਰਕੇ ਜਿਹੜੀ ਪਾਪੀ ਚੀਜ਼ ਹੋ ਜਾਵੇ, ਜਿਵੇਂ ਸਰਹੰਦ ਨੂੰ ਸਿੱਖਾਂ ਨੇ ਮਲੀਆ ਮੇਟ ਕਰਤਾ ਸੀ, ਹੁਣ ਉਹ ਵੀ ਕਹਿ ਸਕਦਾ ਵੀ ਇਹ ਕਿਸੇ ਨੂੰ ਦੇਣ ਦੇ, ਇਹ ਘਰਾਂ 'ਚ ਕਿ ਗਰੀਬਾਂ ਨੂੰ ਵਸਾਉਣ ਦੇ, ਇੱਦਾਂ ਨਹੀਂ ਹੁੰਦਾ। ਜਦੋਂ ਗੁਰੂ ਸਾਹਿਬ ਦੀ ਜਿਹੜੀ ਬੇਅਦਬੀ ਹੁੰਦੀ ਆ, ਘੋਰ ਉਲੰਘਣਾ ਹੁੰਦੀ ਮਰਿਆਦਾ ਦੀ, ਉੱਥੇ ਇਹੋ ਜਿਹੀਆਂ ਚੀਜ਼ਾਂ ਨੂੰ ਸੰਬੋਲਿਕ ਤੌਰ ਦੇ ਉੱਤੇ ਤਾਂ ਤਬਾਹ ਕੀਤਾ ਜਾਂਦਾ ਹੈ ਵੀ ਅੱਗੇ ਤੋਂ ਕੋਈ ਕਤਾਈ ਨਾ ਕਰੇ। ਨਹੀਂ ਤਾਂ ਕੁਰਸੀਆਂ ਅੱਜ ਬਾਹਰ ਆਈਆਂ ਨੇ, ਕੋਈ ਗਰੀਬ ਤਾਂ ਇੱਥੇ ਇਕੱਠੇ ਹੋ ਹੀ ਜਾਣੇ ਨੇ ਕੁਰਸੀਆਂ ਲੈਣ ਨੂੰ, ਪਰ ਆਪਾਂ ਇਹ ਵੀ ਸੋਚੀਏ ਆਪਾਂ ਨੂੰ ਦੇ ਕੀ ਰਹੇ ਹਾਂ, ਹੱਕ ਦੇ ਕਮਾਈ ਦਾ ਹੀ ਦਾਨ ਕਰਨਾ ਚਾਹੀਦਾ ਹੈ। ਅਤੇ ਇਹ ਤਾਂ ਪਲੀਤ ਹੋਈ ਚੀਜ਼ ਹੈ, ਜੇ ਲੱਕੜ ਹੈ ਤਾਂ ਲੱਕੜ ਨੂੰ ਅੱਗ ਲਾ ਦਿਓ, ਉਹਦੀ ਅੱਗ ਸਿੱਕਣੀ ਵੀ ਨਹੀਂ ਚਾਹੀਦੀ। ਮੈਂ ਕਹਿੰਦਾ ਇਹਦੇ ਨਾਲ ਰੋਟੀ ਪੱਕੇ ਨਾ ਚੁੱਲ੍ਹਾ ਬਲੇ, ਇਹਨੂੰ ਅੱਗ ਲਾ ਕੇ ਦੂਰ ਕਿਤੇ ਅੱਗ ਲਾਉਣੀ ਚਾਹੀਦੀ ਹੈ ਇਹੋ ਜਿਹੀ ਚੀਜ਼ ਨੂੰ। ਸੋ ਮਹਾਰਾਜ ਕਿਰਪਾ ਕਰਨ, ਜਿਹੜੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਹੈਗੀਆਂ ਨੇ ਉਹ ਆਪ ਕੱਢਣ, ਸਾਨੂੰ ਨਾ ਕੱਢਣੀਆਂ ਪੈਣ, ਆਪ ਕੱਢ ਕੇ ਭੰਨ ਕੇ ਅੱਗ ਲਾਉਣ, ਇਹ ਮਰਿਆਦਾ।